ਸਤਿਕਾਰਯੋਗ ਪ੍ਰਧਾਨ ਜੀ, ਸਾਥੀ ਪਹਿਲਾਂ ਸੋਧਨ ਕਰਕੇ ਗਏ ਮੰਚ ਦੇ ਬਿਰਾਜਮਾਨ ਸਾਥੀ ਜੀ, ਹਾਜ਼ਰ ਕਰਨਾ ਪ੍ਰਾਪਤ ਦਿਸ਼ਾ ਬਹੁਤ ਵੱਡਾ ਇੰਨੇ ਸਮੇਂ 'ਚ, ਕਿਉਂਕਿ ਸਾਰਿਆਂ ਨੇ ਵੰਡਮਾ ਸਮਾਂ ਆਉਂਦਾ, ਇਨਸਾਫ ਕਰਨਾ ਮੈਂ ਸਮਝਦਾ ਬਹੁਤ ਔਖਾ ਹੈ, ਪਰ ਮੈਂ ਕੁਛ ਬੁਨਿਆਦੀ ਗੱਲਾਂ ਜਿਹੜੀਆਂ ਉਹਦੇ 'ਤੇ ਤੁਹਾਡਾ ਧਿਆਨ ਕੇਂਦਰਿਤ ਕਰਨਾ ਚਾਹੂੰਗਾ। ਆਸ ਕਰਦਾ ਸਹਿਯੋਗ ਮਿਲੇਗਾ, ਪਰ ਨਹੀਂ ਹੈ। ਜਿਸ ਮਿੱਤਰ ਨੂੰ ਚਾਹੀਦੇ ਹੋਣ ਮੈਨੂੰ ਆਪਣਾ ਈਮੇਲ ਦੇ ਦੇਵੇ, ਮੈਂ ਉਹਨੂੰ ਭੇਜ ਦਿਆਂਗਾ। ਹਾਰਡ ਕਾਪੀ ਮੇਰੇ ਕੋਲ ਨਹੀਂ ਹੈ ਫਿਲਹਾਲ। ਮੈਂ ਆਪਣੀ ਗੱਲ ਕਿੱਥੋਂ ਸ਼ੁਰੂ ਕਰਨੀ ਚਾਹੁੰਦਾ, ਮਾਰਕਸਵਾਦ ਦੀ ਪ੍ਰਸੰਗਤਾ ਦੀ ਗੱਲ ਕਰਦੇ ਹਾਂ। ਪਹਿਲਾਂ ਮਾਰਕਸਵਾਦ ਹੈ ਕੀ, ਇਹਦੀ ਚਰਚਾ, ਇਹਦੀ ਸਪਸ਼ਟਤਾ ਸਾਡੇ ਮਨ ਵਿੱਚ ਹੋਣੀ ਚਾਹੀਦੀ ਹੈ। ਮੈਂ ਇਹ ਕਹਿਣਾ ਚਾਹੁੰਦਾ, ਮਾਰਕਸਵਾਦ ਦਰਸ਼ਨ ਦ੍ਰਿਸ਼ਟੀਕੋਣ ਦਿੰਦਾ, ਇੱਕ ਵਿਚਾਰਧਾਰਾ ਦਿੰਦਾ। ਸਾਡੇ ਬੁੱਧੀਜੀਵੀ ਵਰਗ ਵਿੱਚ ਮਾਰਕਸ ਦੀ ਇਸ ਗੱਲ ਨੂੰ ਪਕੜਨ ਦਾ, ਮੈਂ ਇਹ ਕਹਿ ਸਕਦਾ, ਪਰਾਲਾ ਨਹੀਂ ਹੋਊਗਾ। ਜੇ ਮਾਰਕਸ ਦੇ ਦਰਸ਼ਨ ਨੂੰ ਨਹੀਂ ਸਮਝਣਾ, ਫਿਰ ਤੁਸੀਂ ਉਹਦੇ ਦ੍ਰਿਸ਼ਟੀਕੋਣ ਨੂੰ ਨਹੀਂ ਅਪਣਾ ਸਕਦੇ। ਦ੍ਰਿਸ਼ਟੀਕੋਣ ਨਾਲ ਤੁਸੀਂ ਬਾਹਰ ਮੁਕਤਾ ਦਾ ਵਖਿਆਨ ਨਹੀਂ ਕਰ ਸਕਦੇ। ਜੇ ਅਗਲਾ ਪੜਾਅ ਚ ਲੈ ਕੇ ਜਾਣਾ ਹੈ ਤੇ ਅਸੀਂ ਕਹਿੰਦੇ ਹਾਂ ਮਾਰਕਸਵਾਦੀ ਵਿਚਾਰਧਾਰਾ ਕਿਹੜੀ, ਕਮਿਊਨਿਸਟ ਵਿਚਾਰਧਾਰਾ ਕਿਹੜੀ, ਉਹਦੇ ਪਹਿਲੇ ਪੜਾਅ ਦੀ ਸਮਾਜਵਾਦੀ ਵਿਚਾਰਧਾਰਾ। ਸੋ ਮੈਂ ਪਹਿਲੀ ਗੱਲ ਇਹ ਕਹਿਣੀ ਚਾਹੁੰਦਾ, ਧਿਆਨ ਦੇਣ, ਖਾਸ ਤੌਰ 'ਤੇ ਨੌਜਵਾਨ ਜਿਹੜੇ ਇਹਦਾ ਅਧਿਐਨ ਕਰਦੇ ਆ, ਕਿ ਪਹਿਲਾਂ ਮਾਰਕਸ ਦੇ ਫਲਸਫੇ ਨੂੰ ਸਮਝੋ, ਫਿਰ ਉਹਦੇ ਦ੍ਰਿਸ਼ਟੀਕੋਣ ਨੂੰ ਸਮਝੋ, ਫਿਰ ਉਹਦੀ ਵਿਚਾਰਧਾਰਾ ਨੂੰ ਸਮਝੋ। ਇਹਨਾਂ ਤਿੰਨਾਂ ਚੀਜ਼ਾਂ ਨੂੰ ਸਾਡੇ ਵਿਗਿਆਨੀ ਸਾਡੇ ਯੂਨੀਵਰਸਿਟੀਆਂ 'ਚ ਬੈਠੇ ਵੱਧ ਸਰਗਰਮੀ ਕਰਨ ਵਾਲੇ ਲੋਕ, ਉਹ ਕਹਿੰਦੇ ਆ ਤਿੰਨੋਂ ਇੱਕੋ ਚੀਜ਼ਾਂ ਹੁੰਦੀਆਂ। ਨਹੀਂ, ਇਹ ਤਿੰਨੇ ਅੰਤਰ ਸੰਬੰਧਿਤ ਹੈ। ਇਹਨੂੰ ਇੱਕੋ ਸਮਝਣ ਦੀ ਭੁੱਲ ਨਹੀਂ ਕਰਨਾ ਚਾਹੀਦਾ। ਜਦੋਂ ਤੁਸੀਂ ਇੱਕੋ ਕਰਨ ਦੀ ਭੁੱਲ ਕਰੋਗੇ ਤਾਂ ਫਿਰ ਵਿਚਾਰਧਾਰਾ ਦੀ ਪੁਸ਼ਟੀ ਕਰਨ ਵਾਸਤੇ ਫਲਸਫੇ ਕਦੀ ਕਿਵੇਂ ਮੁੜੋਗੇ, ਕਿ ਤੇਰੀ ਵਿਚਾਰਧਾਰਾ ਠੀਕ ਹੈ ਕਿ ਗਲਤ ਹੈ। ਇਸ ਕਰਕੇ ਇਹ ਲਾਜ਼ਮੀ ਹੈ। ਆ ਗੱਲਾਂ ਉੱਥੋਂ ਲੱਗਣਗੀਆਂ ਕਈਆਂ ਨੂੰ, ਵਿੱਚੋਂ ਕੋਈ ਖੜਾ ਹੋ ਕੇ ਨਹੀਂ ਕਹਿ ਸਕਦਾ, ਸੌਖਾ ਕਰਕੇ ਨਹੀਂ ਦੱਸਿਆ ਜਾਂਦਾ। ਇਹ ਕਹਿਣਗੇ ਰੇਟ ਦੇ ਲਾਭ ਹੁੰਦੇ ਆ, ਮਜ਼ਾਕ ਉਡਾਉਣ ਦੇ ਵੀ ਹੁੰਦੇ ਆ, ਛਟਿਆਉਣ ਦੇ ਵੀ ਹੁੰਦੇ ਆ, ਪਰ ਵਿਗਿਆਨ ਤੇ ਵਿਗਿਆਨ ਹੈ। ਇਸ ਕਰਕੇ ਮੈਂ ਜ਼ੋਰ ਦੇ ਕੇ ਕਹਿਣਾ ਕਿ ਜਿਹਨੇ ਵੀ ਅਧਿਐਨ ਕਰਨਾ ਹੈ, ਫਲਸਫਾ ਦ੍ਰਿਸ਼ਟੀਕੋਣ ਤੇ ਵਿਚਾਰਧਾਰਾ ਮੁਹੱਈਆ ਕਰਦਾ। ਜਿਹੜੀ ਦ੍ਰਿਸ਼ਟੀਕੋਣ ਤੇ ਵਿਚਾਰਧਾਰਾ ਉਹ ਫਲਸਫੇ 'ਚ ਆ ਕੇ ਪੁਸ਼ਟੀ ਕਰਦੀ ਹੈ ਕਿ ਕੀ ਤੁਸੀਂ ਪਦਾਰਥਵਾਦੀ ਹੋ ਕਿ ਨਹੀਂ ਹੋ, ਕੀ ਤੁਸੀਂ ਪਦਾਰਥਵਾਦ ਤੋਂ ਛਿੜਕ ਗਏ ਜਾਂ ਕੀ ਤੁਸੀਂ ਵਿਚਾਰਵਾਦੀ ਬਣ ਗਏ, ਜਾਂ ਕੀ ਤੁਸੀਂ ਚੌਣਵਾਦੀ ਬਣ ਗਏ, ਕੀ ਤੁਸੀਂ ਭੜਾਂਗਰਾਵਾਦੀ ਬਣ ਗਏ। ਇਹ ਤੁਹਾਡੀ ਜਿਹੜਾ ਜਿਹਨੂੰ ਅਸੀਂ ਅਮਲ ਕਹਿੰਦੇ ਹਾਂ ਉਹਦੇ ਵਿੱਚ ਪ੍ਰਗਟ ਹੁੰਦਾ ਹੈ। ਸੋ ਮੈਂ ਪਹਿਲੀ ਗੱਲ ਕਿ ਇਹਨੂੰ ਇੱਕ ਨਹੀਂ ਸਮਝਣਾ ਚਾਹੀਦਾ, ਇਹ ਅੰਤਰ ਸੰਬੰਧਿਤ ਲਾਜ਼ਮੀ ਹੈ, ਕਿਉਂਕਿ ਜਿਹੜਾ ਫਲਸਫਾ ਵਿਚਾਰਵਾਦੀ ਹੋਏਗਾ ਉਹ ਦ੍ਰਿਸ਼ਟੀਕੋਣ ਦੀ ਵਿਚਾਰਵਾਦੀ ਦੇਗਾ। ਜਿਹੜਾ ਵਿਚਾਰਵਾਦੀ ਫਲਸਫਾ ਹੋਏਗਾ ਉਹ ਵਿਚਾਰਧਾਰਾ ਵੀ, ਜਿਹੜੀ ਵਿਚਾਰਵਾਦੀ ਵਿਚਾਰਵਾਦੀ ਹੈ ਉਹ ਉਹੀ ਦੇਗਾ। ਉਹ ਕੀਤਾ ਕਿਸੇ ਰੱਬ ਨੂੰ ਕਹਿਣਾ ਕਿ ਜੇ ਤੁਸੀਂ ਮੁਕਤੀ ਚਾਹੁੰਦੇ ਹੋ ਤਾਂ ਕੀ ਕਰੋ, ਸਿਮਰਨ ਕਰੋ। ਜਦੋਂ ਵਾਹਿਗੁਰੂ ਦੀ ਕਿਰਪਾ ਹੋ ਜਾਏਗੀ ਤੁਹਾਡਾ ਬਾਰ ਉਤਾਰਾ ਹੋ ਜਾਏਗਾ। ਕਿ ਜੇ ਤੁਸੀਂ ਪਦਾਰਥਵਾਦੀ ਹੋ ਤੇ ਫਿਰ ਤੁਹਾਨੂੰ ਇਹ ਕਹਿਣਾ ਪਏਗਾ, ਜਿਹੜੀ ਦ੍ਰਿਸ਼ਟੀਕੋਣ, ਇੱਥੇ ਦੋ ਗੱਲਾਂ ਮੈਂ ਕਹਿਣੀਆਂ ਚਾਹੁੰਦਾ ਤੇ ਮੈਂ ਇੱਥੇ ਵਿਆਖਿਆ 'ਚ ਇਹ ਕਹਿਣਾ ਚਾਹੁੰਦਾ, ਬਾਹਰ ਪਈਆਂ ਕਿਤਾਬਾਂ ਜਾ ਕੇ ਦੇਖਿਓ। ਬਹੁਤ ਬੰਦੇ ਕਹਿੰਦੇ ਆ ਕਿ ਦ੍ਰਿਸ਼ਟੀਕੋਣ ਵੀ ਉਹ ਚੀਜ਼ ਹੈ ਤੇ ਫਲਸਫਾ ਵੀ ਉਹ ਚੀਜ਼ ਹੈ। ਆਮ
बहस करते हैं मेरे नाल भी करने वाले बड़े है मैं भी करदा वो कहते हैं स्टालन बारे उन्हें कंफर्ट का हवाला दिंदे है बाहर गया जा वो की कहता है अपनी बुक में जिहड़ी रोजकासी पदार्थवाद की तो इतिहासिक पदार्थवाद की बुक पई है उसकी पहली सत्र कितों शुरू हुंदी है कि संसार दीआं कम्युनिस्ट पार्टियां दा दुनिया नूं देखण दा नजरिया है केड़ा जिन्हों रोजकासी पदार्थवाद कहने हैं कि उसे पहले का आखिरी फिकरा जाके करोगे पढ़ोगे जो चौदह जो कहता एदा वाहन दर्शन दर्शन जो विज्ञानिक हो जाता उदो सिद्धांत बन जाता है एदा सिद्धांत की है वो पदार्थवादी है छोटे पदार्थवादी फलसफे रोजकासी फलसफे रलगम कर लेना है तो यह कहना है भी ये दोनों चीजा ठीक है बखरेवा नहीं करना तो असं जिन्ना चर असिया जरा कुछ करी जाने ये पार लंघन वास्ते सानू रस्ता नहीं मिलता सो मैं अपनी पहले समय की गल समेटना कहना कि किन्ने अंतर संबंधित है किन्ना एक नहीं समझना चाहिए किन्ना एक प्रचारना बिल्कुल नहीं चाहिए क्योंकि वे वगैरह जन्म दिता है मेरी अगली गल मार्क्सवाद का फलसफा की है पदार्थवादी विरोध विकास है उसका दृष्टिकोण की है विरोध विकासी पदार्थवाद है वो हर चीज को विरोध विकासी ढंग से बदलते वेखण का काम करता है विज्ञान काम करता है उसकी विचारधारा की है विज्ञानिक कम्युनिज्म है जिसका मुढ़ला पड़ा समाजवादी विज्ञानिक समाजवाद के तौर पर असं लैके चलते हैं इस करके ये तिना चीजा वखरेवे के तौर पर लिया सू दूजे खुराक नहीं करना चाहिए क्यों गड़बड़ हो गई सोवियत यूनियन जो USSR कहने क्योंकि जो फलसफे तो उखड़ जाइए फिर विचारधारा जोड़ा अंतम पड़ा है वो भी बिगाड़ पैदा होते हैं तो फिर वह हार जाती है इस तो बाद मैं कि होर ज्यादा टिप्पणी नहीं करनी चाहता अज संसार सारे मानते हैं ना कि कम्युनिस्ट लड़ रहे हैं कि कह रहे हैं इंकलाबी बनो इतने मैं पासे हट के एक हवाला दुरुस्त करने बेनती करनी पड़ेगी कोई गुस्सा ना करे साडे मन तो आके किसी विद्वान ने कह दिता कि मार्क्स नूं आपसवाजी ने भी कोट किया उन्होंने हमने भी वह कहते हैं मार्क्स नूं कोई फिलासफर कहता कोई अर्थशास्त्री कहता कोई इतिहासकार कहता नहीं वो तो सब तो पहला इनकलाबी सी नहीं किया उन्हें क्या रेवोल्यूशनिस्ट सी रेवोल्यूशनिस्ट रेवोल्यूशनरी नहीं होता वो इनकलाब का विज्ञान दिता उन्हें किन्ना चीजा च फलसफे च विज्ञान उन्हें इनकलाब किया जोड़ा फलसफा पहला चलता सी उस फलसफे पलट के उन्हें जोड़ा हीगल चक्कर विकसित होया जिन्हों फ्यूरबाख ने अध्यात्मवादी पदार्थवाद चक्कर रखा सी उन्हें कहा नहीं पदार्थवाद जोड़ा जोड़ा हीगल ने अपनाया है डायलेक्टिक्स पदार्थ नाल विरोध विकास नूं जोड़ के जोड़ा एक नवा साडे सामने सच प्रगट किया जोड़ा दृष्टिकोण होया विरोध विकासी इन शब्दों ने फिर फिर ना समझिए ये अगे पिछे है ये बहुत बड़े सिटे है मैं कहना कहना रिजल्ट की निकलता जो तुम क्लास लाओगे जोड़ा विख्यान कि इनकलाबी सी इनकलाबी के फिर नाल विख्यान कर निकला वो समाजवादी इनकलाबी सी चलो इनकलाबी जोड़े मुंडे कुड़िया पढ़ते आ कहते हैं फिर सानू फलसफा पढ़ने की लोड़ है फिर सानू इकनॉमिक्स की स्टडी करने की लोड़ है फिर सानू इतिहास की स्टडी करने की लोड़ है एक दोन दर्जे की चीज है सानू तो इनकलाब करने वास्ते इनकलाबी बनने की लोड़ है नहीं उन्हें इन्हां विज्ञानां विच इन्हां विषयां विच इनकलाब किए वो इन्हां का इनकलाब का विज्ञान पेश किया उन्हें यह है उसका रेवोल्यूशनिस्ट होना चौदह किताब विच जिथे इंग्रज ने कमर से खड़ के किया
ਰੈਵੋਲੂਸ਼ਨਰੀ ਸ਼ਬਦ ਨਹੀਂ ਵਰਤਿਆ, ਰੈਵੋਲੂਸ਼ਨਿਸਟ ਵਰਤਿਆ ਕਿ ਤੁਸੀਂ ਆਪ ਮੇਰੇ ਨਾਲ ਜਾਂਦੇ ਜਾਣਦੇ ਹੋ, ਉਹਨੂੰ ਵੇਖ ਸਕਦੇ ਹੋ ਔਰ ਸਾਨੂੰ ਆਪਣੀਆਂ ਦ੍ਰਿਸ਼ਟੀਆਂ ਕਰਨ ਲਈ ਜਾਣਾ ਚਾਹੀਦਾ। ਮੈਥੋਂ ਵੀ ਪੁਰਨ ਗਲਤੀ ਗੁਨਾਹ ਪਾਪ ਸਾਰੀਆਂ ਚੀਜ਼ਾਂ ਅਸੀਂ ਬਚ ਕੇ ਕਿਵੇਂ ਇਹਦਾ ਕੰਮ ਕਰਨ ਦੀ ਲੋੜ ਹੈ। ਸੋ ਮੈਂ ਇਸ ਗੱਲ ਤੇ ਜ਼ੋਰ ਦੇਣਾ ਚਾਹੁੰਦਾ ਕਿ ਜੇ ਅਸੀਂ ਕਹਿੰਦੇ ਹਾਂ ਅਧਿਐਨ ਕਰੋ ਤੇ ਫਿਰ ਨਾਲ ਅਸੀਂ ਕਹਿੰਦੇ ਹਾਂ ਵੀ ਭਾਈ ਇਨਕਲਾਬੀ ਹੋਣਾ ਸਭ ਤੋਂ ਕਿਹੜੀ ਚੀਜ਼ ਦਾ ਇਨਕਲਾਬ। ਮੈਂ ਹੁਣ ਅਗਲੀ ਗੱਲ ਚੱਲੀ ਆਉਣਾ ਕਿਉਂਕਿ ਮੈਨੂੰ ਪਤਾ ਵਕਤ ਬਹੁਤ ਥੋੜ੍ਹਾ ਹੈ। ਮਾਰਕਸ ਨੇ ਸਿਰ ਪਾਰ ਜਿਹੜਾ ਕੀਤਾ ਰਿਹਾ ਸੀ ਫਲਸਫਾ ਬੀਗਲ ਦਾ, ਜਿਹੜਾ ਇਹ ਕਹਿੰਦਾ ਸੀ ਐਬਸੋਲਿਊਟ ਆਈਡੀਆ ਉਹ ਸਾਰੀ ਚੀਜ਼ ਨੂੰ ਚਲਾਉਂਦਾ ਕਿ ਐਬਸੋਲਿਊਟ ਆਈਡੀਆ ਨੂੰ ਕਰਤਾ ਕਰਤਾਰ ਤੇ ਰੱਬ ਨਾਲ ਜਾ ਕੇ ਜੋੜ ਦਿੰਦਾ ਸੀ। ਉਹਨੇ ਕੀ ਕਿਹਾ ਇੱਕੋ ਫਿਕਰੇ ਨਾਲ ਸਾਰੇ ਦੇ ਸਾਰੇ ਹੀਗਲਵਾਦ ਦਾ ਪਦਾਰਥਵਾਦੀ ਕਰਨ ਕਰ ਦਿੱਤਾ, ਪਦਾਰਥਵਾਦੀ ਵਿਖਿਆਨ ਕਰ ਦਿੱਤਾ ਕਿਹੜੀ ਚੀਜ਼ ਨਾਲ ਨਹੀਂ ਵਿਚਾਰ ਨਹੀਂ ਚਲਾਉਂਦਾ। ਵਿਚਾਰ ਤਾਂ ਹਾਲਤਾਂ ਦੀ ਉਪਜ ਹੈ, ਇਸ ਤੋਂ ਵੱਧ ਕੁਛ ਨਹੀਂ ਹੈ। ਸੋ ਹਾਲਤਾਂ ਦੀ ਉਪਜ ਸੰਸਾਰ ਜੋ ਕੁਛ ਹੈ ਉਹ ਸਾਡੇ ਤੇ ਕਰਦਾ, ਪਦਾਰਥਕ ਹਾਲਤਾਂ ਕਰਦੀਆਂ। ਤੇ ਜਦੋਂ ਇਸ ਲਹਿਜ਼ ਚੋਂ ਇਸ਼ਾਰਾ ਕੀਤਾ ਸਾਰੇ ਵਿਖਿਆਨ ਬਦਲ ਗਏ। ਮੈਂ ਇਸ ਕਰਕੇ ਕਹਿਣਾ ਚਾਹੁੰਦਾ ਕਿ ਜੇ ਸਿਰ ਧਾਰ ਕੀਤੇ ਨੂੰ ਉਹਨੇ ਸਿੱਧਾ ਕਰਕੇ ਪੱਟ ਕੇ ਪੈਰਾਂ ਪਾਰ ਕੀਤਾ ਤਾਂ ਸਾਨੂੰ ਇਹਨੂੰ ਮੁੜ ਕੇ ਸਿਰ ਧਾਰ ਨਹੀਂ ਕਰਨਾ ਚਾਹੀਦਾ। ਜਦੋਂ ਦਾ ਵਿਖਿਆਨ ਵਿੱਚ ਅਸੀਂ ਧਾਰੂ ਕਰ ਲੈਂਦੇ ਹਾਂ ਉਹ ਸਿਰ ਧਾਰ ਹੋ ਜਾਂਦਾ, ਫਿਰ ਸਾਡੀਆਂ ਮੂਵਮੈਂਟਾਂ ਨੂੰ ਗਾਂਹ ਲੈ ਕੇ ਜਾਣ ਦਾ ਕੰਮ ਹੈ ਜਿਹੜਾ ਉਹ ਰੁਕ ਜਾਂਦਾ। ਮੈਂ ਅਗਲੀ ਗੱਲ ਕਰਨੀ ਚਾਹੁੰਦਾ ਕਮਿਊਨਿਸਟ ਮੈਨੀਫੈਸਟੋ ਦੀ। ਕਮਿਊਨਿਸਟ ਮੈਨੀਫੈਸਟੋ ਦੀ ਪਹਿਲੀ ਸਤਰ ਕਾਹਦੇ ਨਾਲ ਸ਼ੁਰੂ ਹੁੰਦੀ ਹੈ? ਹੁਣ ਤੱਕ ਦਾ ਵਿਦਵਾਨ ਸੰਸਾਰ ਦਾ ਇਤਿਹਾਸ ਹੈ ਜਿਹੜਾ ਉਹ ਜਮਾਤੀ ਘੋਲਾਂ ਦਾ ਇਤਿਹਾਸ। ਹੁਣ ਉਹ ਜਮਾਤੀ ਘੋਲਾਂ ਦਾ ਇਤਿਹਾਸ ਕਹਿੰਦਾ ਕਿ ਸ਼ੁਰੂ ਇੱਥੋਂ ਕਰਦਾ ਕਮਿਊਨਿਸਟ ਮੈਨੀਫੈਸਟੋ। ਅਸੀਂ ਕਮਿਊਨਿਸਟ ਮੈਨੀਫੈਸਟੋ ਦੇ ਹੱਕ ਵਿੱਚ ਬੜੀਆਂ ਦਲੀਲਾਂ ਦੇ ਕੇ ਸਭ ਕੁਛ ਕਹਿੰਦੇ ਹਾਂ। ਉਹਦਾ ਪਹਿਲੇ ਚੈਪਟਰ ਦਾ ਐਂਡ ਕਰਦਾ ਕਿ ਬੁਰਜਵਾਜੀ ਦੀ ਹਾਰ ਤੇ ਪ੍ਰੋਲੇਟਾਰੀਅਟ ਦੀ ਜਿੱਤ ਇਹ ਅਟਲ ਹੈ, ਇਨਐਵਿਟੇਬਲ ਹੈ। ਤੇ ਅਸੀਂ ਕੀ ਕਹਿਣ ਲੱਗ ਜਾਂਦੇ ਹਾਂ ਇਹਦੀ ਵੀ ਸੰਭਾਵਨਾ ਹੈ। ਇਹਦਾ ਮਤਲਬ ਅਸੀਂ ਵਿਗਿਆਨ ਨੂੰ ਕਿੰਨਾ ਛੁਟਿਆਉਣ ਤੀਕਰ ਚਲੇ ਜਾਂਦੇ ਹਾਂ, ਉਹਦੇ ਸ਼ਬਦਾਂ ਨੂੰ ਨਾ ਸਮਝ ਪਾਉਣਾ ਕਿ ਜਮਾਤ ਕੀ ਕੰਮ ਕਰਦੀ ਹੈ। ਹੁਣ ਜਮਾਤਾਂ ਲੰਬਾ ਨਾ ਕਰਾਂ, ਮੈਂ ਜਮਾਤਾਂ ਬਾਰੇ ਉਸੇ ਚੈਪਟਰ ਵਿੱਚੋਂ ਕੀ ਕਹਿੰਦਾ ਕਿ ਜਿਹੜੀਆਂ ਜਮਾਤਾਂ ਸਰਮਾਏਦਾਰੀ ਦੇ ਵਿਰੁੱਧ ਲੜਦੀਆਂ ਉਹ ਸਾਰੀਆਂ ਜਮਾਤਾਂ ਆਪਦੀ ਹੋਂਦ ਦੋਂਦੀਆਂ ਜਾਂਦੀਆਂ। ਆਪ ਤੋਂ ਥੱਲੇ ਵਾਲੀ ਛੋਟੀ ਜਿਹੜੀ ਨਿਚਲੀ ਜਮਾਤ ਹੈ ਆਪਣੇ ਆਪ ਨੂੰ ਉਹਦੇ ਵਿੱਚ ਕਨਵਰਟ ਕਰਦੀਆਂ ਜਾਂਦੀਆਂ। ਇਸ ਕਰਕੇ ਉਹਦੇ ਵਿਰੁੱਧ ਜੇ ਭਵਿੱਖ ਦਿਸੇ ਤਾਂ ਉਦੋਂ ਲੜਦੀਆਂ, ਪਰ ਅੰਤਮ ਨਿਸ਼ਾਨਾ ਕੀ ਹੈ? ਜਦੋਂ ਥੱਲੇ ਹੋਰ ਕੋਈ ਜਾਣ ਦੀ ਗੁੰਜਾਇਸ਼ ਨਹੀਂ ਰਹਿੰਦੀ, ਜਿਹਨੂੰ ਪ੍ਰੋਲੇਟਾਰੀ ਸਟੇਜ ਕਹਿੰਦੇ ਹਾਂ। ਪ੍ਰੋਲੇਟਾਰੀ ਉਹ ਥੱਲੇ ਕਿੱਥੇ ਜਾਂਦਾ ਰਹੇ? ਇਸ ਕਰਕੇ ਪ੍ਰੋਲੇਟਾਰੀ ਹੈ ਜਿਹੜਾ ਉਹ ਅਸਲੀ ਮਾਇਨਿਆਂ ਵਿੱਚ ਇਨਕਲਾਬ ਦੀ ਤਾਕਤ ਹੈ, ਉਹਦੀ ਟੇਕ ਤੇ ਗਾਂ ਵਧਣ ਦਾ ਕੰਮ ਜਿਹੜਾ ਉਹ ਚੱਲਦਾ ਹੈ। ਸੋ ਜਿਹਦੇ ਕੋਲੇ ਜਮਾਤ ਦੇ ਤੌਰ ਤੇ ਮੈਂ ਅਸੀਂ ਫਿਰ ਉਲਝ ਜਾਂਦੇ ਹਾਂ ਇਹਨਾਂ ਗੱਲਾਂ ਵਿੱਚ। ਮੇਰੇ ਖਿਆਲ ਮੁਤਾਬਕ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਮੈਂ ਆਪਣੀ ਗੱਲ ਪੇਸ਼ ਕਰਦੇ ਹਾਂ, ਹਰੇਕ ਨਾਲ ਇੱਕ ਦੂਜੇ ਨਾਲ ਬਹਿਸ ਕਰਦੇ ਹਾਂ ਉਹਦੇ ਬੜੇ ਚੰਗੇ ਰਿਜ਼ਲਟ ਨਿਕਲਦੇ ਹਨ। ਜੇ ਅਸੀਂ ਸਾਫ ਬਹਿਸ ਕਰਦੇ ਹਾਂ ਤੇ ਫਿਰ ਇਹਦੇ ਚੋਂ ਨਿਕਲਦਾ ਕੀ ਹੈ ਕਿ ਕੀ ਜਿਹੜੀਆਂ ਜਮਾਤਾਂ ਟੁੱਟ ਰਹੀਆਂ ਉਹ ਜਮਾਤਾਂ ਕਿਹਨੂੰ ਭਰਤੀ ਕਰ ਰਹੀਆਂ? ਵੱਧ ਕਿਹੜੀ ਜਮਾਤ ਰਹੀ ਹੈ? ਉਹਦੀ ਪ੍ਰੋਲੇਟਾਰੀ ਜਮਾਤ ਵੱਧ ਰਹੀ ਹੈ, ਮਜ਼ਦੂਰ ਜਮਾਤ ਕਿਹਾ ਨਾ ਉਹ ਸੱਚ ਹਵਾਲਾ ਹੈ। ਕੀ ਕਹਿੰਦੇ ਵੀ ਕੁਛ ਬੰਦੇ ਕਹਿੰਦੇ ਆ ਵੀ ਹੁਣ ਤਾਂ ਮਜ਼ਦੂਰ ਕੋਲੇ ਵੀ ਕੁਛ ਖਵਾਉਣ ਨੂੰ ਹੈ। ਸੱਚਮੁੱਚ ਮਜ਼ਦੂਰ ਜਿਉਂ ਮਿਲ ਰਿਹਾ, ਨੌਕਰੀ ਮਿਲ ਰਹੀ ਹੈ, ਮਜ਼ਦੂਰੀ ਵੇਚ ਰਿਹਾ, ਪਰ ਉਹ ਜਾਂਦਾ ਜੇ ਮੈਂ ਹੜਤਾਲ ਕੀਤੀ ਸ਼ਾਇਦ ਆ ਨੌਕਰੀ ਨਾ ਖੁਦ ਚੱਲਦੀ ਹੋਵੇ। ਪਰ ਜਿਹੜਾ ਪ੍ਰੋਲੇਟਾਰੀ ਹੈ ਜਿਹਨੂੰ ਹਰ ਰੋਜ਼ ਵਿਕਣਾ ਪੈਂਦਾ ਉਹਨੇ ਹੋਰ ਕਿੱਥੇ ਜਾਣਾ? ਸੋ ਇਹ ਸਾਰੇ ਕੰਸੈਪਟ ਇਹ ਧਾਰਨਾਵਾਂ ਸਮਝਣ ਦੀ ਬੇਹੱਦ ਲੋੜ ਹੈ ਕਿ ਪ੍ਰੋਲੇਟਾਰੀ ਨੂੰ ਕਿਉਂ ਇਨਕਲਾਬੀ ਬਣਾ ਕੇ ਪੇਸ਼ ਕੀਤਾ ਤੇ ਕਿਉਂ ਅਸੀਂ ਇਹਨੂੰ ਉਹਨੇ ਕਲਾਸ ਸਟਰਗਲ ਦੀ ਗੱਲ ਕੀਤੀ, ਹੁਣ ਕੋਈ ਹੋਰ ਬੁਰਾ ਨਾ ਬਣਾ ਲਏ। ਅਸੀਂ ਲੋਕ ਯੁੱਧ ਚਿਕਰ, ਲੋਕ ਮੋਰਚੇ ਚੱਕਰ, ਹੁਣ ਕਲਾਸ ਵਰਕਿੰਗ ਕਲਾਸ ਤੇ ਲੋਕਾਂ ਵਿੱਚ ਮੈਂ ਲੋਕਾਂ ਦੇ ਖਿਲਾਫ਼ ਨਹੀਂ ਪਰ
ਅਸੀਂ ਇਹ ਸਮਝਣਾ। ਸੋ ਮੈਂ ਤਾਂ ਕਹਿੰਦਾ ਕਿ ਮਾਰਕਸਵਾਦ ਦੀਆਂ ਧਾਰਨਾਵਾਂ ਤੋਂ ਹਟ ਕੇ ਜਦੋਂ ਅਸੀਂ ਅਰਥ ਬਦਲਦੇ ਹਾਂ ਫਿਰ ਵਿਗਿਆਨ ਵਿਗਿਆਨ ਨਹੀਂ ਦਿੰਦਾ ਕਿ ਫਿਰ ਉਹ ਵਿਗਿਆਨਕ ਰਿਜ਼ਲਟ ਵੀ ਨਹੀਂ ਦਿੰਦਾ। ਇਸ ਕਰਕੇ ਸਾਨੂੰ ਉਹਨਾਂ ਦਾ ਘਾਟਾ ਉਹ ਕਮੀਆਂ ਉਹ ਝੱਲਣੀਆਂ ਪੈਂਦੀਆਂ। ਮੈਂ ਇੱਥੇ ਇੱਕ ਗੱਲ ਹੋਰ ਜ਼ਰੂਰ ਕਹਿ, ਮਾਰਕਸ ਨੇ ਮਜ਼ਦੂਰ ਜਮਾਤ ਨੂੰ ਇੱਕ ਸਪਿਰਚੁਅਲ ਵੈਪਨ ਦਿੱਤਾ। ਅਸੀਂ ਸਪਿਰਚੁਅਲ ਵੈਪਨ ਭਾਵ ਰੂਹਾਨੀ ਹਥਿਆਰ ਦਿੱਤਾ। ਅਸੀਂ ਰੂਹਾਨੀ ਸ਼ਬਦ ਆ ਜਾਏ ਕਿ ਅਸੀਂ ਚਿਰਮਲਾ ਉੱਠਦੇ ਹਾਂ ਵੀ ਹੈ ਇਹ ਰੂਹਾਨੀਅਤ ਦੀ ਗੱਲ ਹੋ ਗਈ। ਹੁਣ ਜਦੋਂ ਅਸੀਂ ਪਦਾਰਥਵਾਦੀ ਨਜ਼ਰੀਏ ਨਾਲ ਦੇਖਦੇ ਹਾਂ ਰੂਹ ਆਤਮਾ ਦੀ ਗੱਲ ਵੀ ਸਾਨੂੰ ਸਮਝਣੀ ਪਏਗੀ, ਮਨ ਚੇਤਨਾ ਦੀ ਗੱਲ ਵੀ ਸਮਝਣੀ ਪਏਗੀ, ਯਾਦ ਤੇ ਸੋਚ ਦੀ ਗੱਲ ਵੀ ਸਮਝਣੀ ਪਏਗੀ, ਸਾਨੂੰ ਬੋਧ ਤੇ ਵਿਚਾਰ ਦੀ ਗੱਲ ਵੀ ਕਰਨੀ ਪਏਗੀ। ਔਰ ਸਾਨੂੰ ਜਿਹਨੂੰ ਲੈਨਨ ਨੇ ਬਹੁਤ ਉੱਚਾ ਦਰਜਾ ਕਿਹਾ ਕਿ ਕੋਈ ਵਿਗਿਆਨ ਹੈ ਜਿਹੜਾ ਉਹ ਵਿਕਾਸੀ ਤੋਂ ਬਗੈਰ ਜਿਹੜੀ ਕਲਪਨਾ ਕਰਕੇ ਅਸੀਂ ਮੁੜ ਕੇ ਕਰਦੇ ਹਾਂ ਕਿ ਆਹ ਚੀਜ਼ ਅਚੀਵ ਕੀਤੀ ਜਾ ਸਕਦੀ ਹੈ ਅਡਾਲੀ ਨਹੀਂ ਪੜੀ ਜਾ ਸਕਦੀ, ਉਹ ਮੁੜ ਕੇ ਵਿਗਿਆਨ ਜਦੋਂ ਦੀ ਪੁਸ਼ਟੀ ਹੁੰਦੀ ਹੈ ਉਹ ਵਿਗਿਆਨ ਵਿੱਚ ਬਦਲਦੀ ਹੈ। ਜੇ ਅਸੀਂ ਮਾਰਕਸ ਦੀ ਇਸ ਗੱਲ ਨੂੰ ਨਹੀਂ ਸਮਝਣਾ ਤੇ ਇਹਨਾਂ ਸ਼ਬਦਾਂ ਦੇ ਵਾਕਫ ਨਹੀਂ ਹੋਣਾ ਤੇ ਜੇ ਕਹੀ ਜਾਣਾ ਇਹ ਇਹਨਾਂ ਤੋਂ ਬਗੈਰ ਵੀ ਸਰ ਸਕਦਾ ਤੇ ਮੈਂ ਸਮਝਦਾ ਸਰਿਆ ਨਹੀਂ, ਅਸੀਂ ਰਿਡਿਊਸ ਹੋਏ ਹਾਂ, ਅਸੀਂ ਪਿੱਛੇ ਗਏ ਹਾਂ, ਅਸੀਂ ਡਰਨ ਚ ਗਾਂ ਬਦਲ ਚ ਉਹ ਸਾਨੂੰ ਕਾਮਯਾਬੀ ਨਹੀਂ ਮਿਲੀ। ਸਿਰਫ ਦੇ ਤੌਰ ਤੇ ਅਸੀਂ ਇਹ ਕਹਿੰਦੇ ਹਾਂ ਕਿ ਹਾਂ ਲੰਘੇ ਰਹੋ ਇੱਕ ਨਾ ਇੱਕ ਦਿਨ ਅਖੀਰ ਸਾਡਾ ਆਏਗਾ ਸਾਡਾ ਹੋਏਗਾ ਕਹਿੰਦੇ ਹਾਂ ਪਰ ਅੰਦਰੋਂ ਕੰਬ ਜਾਂਦੇ ਹਾਂ। ਕਿਉਂ? ਕਿਉਂਕਿ ਵਿਗਿਆਨ ਦੇ ਤੌਰ ਤੇ ਅਪਣਾ ਕੇ ਅਸੀਂ ਉਹਦਾ ਅਮਲ ਆ ਜਿਹੜਾ ਉਹਦੇ ਪਾਸੇ ਨਹੀਂ ਲੈ ਗਏ। ਮਾਰਕਸ ਨੇ ਜਿਹੜਾ ਕੁਛ ਸੋਚਿਆ ਉਹਦੇ ਵਿੱਚ ਇੱਕ ਖਾਸ ਚੀਜ਼ ਤੇ ਸਾਨੂੰ ਧਿਆਨ ਦੇਣਾ ਚਾਹੀਦਾ। ਇੰਗਲਿਸ਼ ਨੇ ਇੱਕ ਥਾਂ ਲਿਖਿਆ ਮਾਰਕਸ ਤੇ ਮੈਂ ਇੰਗਲਿਸ਼ ਪਹਿਲੇ ਸਾਂ ਜਿਨ੍ਹਾਂ ਨੇ ਵਿਰੋਧ ਵਿਕਾਸ ਨਾਲੋਂ ਚੇਤਨ ਵਿਰੋਧ ਵਿਕਾਸ ਨੂੰ ਵੱਖ ਕੀਤਾ। ਹੁਣ ਜਿਹੜਾ ਫਿਕਰ ਹੈ ਪਹਿਲੀ ਗੱਲ ਅਸੀਂ ਚੇਤਨ ਵਿਰੋਧ ਵਿਕਾਸ ਸ਼ਬਦ ਕਰੀ ਜਾਣ ਤੋਂ ਗੁਰੇਜ਼ ਕਰਦੇ ਹਾਂ ਇਹ ਕੀ ਮੰਗਦਾ ਜਿਹੜਾ ਵਿਰੋਧ ਵਿਕਾਸੀ ਪਦਾਰਥਵਾਦ ਹੈ ਉਹ ਕੁਦਰਤ ਦੇ ਸਾਰੇ ਵਰਤਾਰੇ ਦਾ ਬਿਆਨ ਕਰਦੇ ਆ ਜਿਵੇਂ ਇਲੈਕਟ੍ਰਿਕਸ ਆਫ ਨੇਚਰ 'ਚ ਅਸੀਂ ਸਾਰਾ ਪੜ੍ਹਨ ਦੀ ਗੱਲ ਕਰਦੇ ਹਾਂ ਅਤੇ ਜਦੋਂ ਉਹਦੀ ਐਕਸਟੈਂਸ਼ਨ ਕਰਦੇ ਹਾਂ ਸੁਸਾਇਟੀ 'ਤੇ ਲਾਗੂ ਕਰਦੇ ਹਾਂ ਇਹ ਉਹਦੀ ਐਕਸਟੈਂਸ਼ਨ ਆ ਉਹਨਾਂ ਦੇ ਲਈ ਹੈ ਫਿਰ ਉਹਨੂੰ ਅਸੀਂ ਇਤਿਹਾਸਿਕ ਪਦਾਰਥਵਾਦ ਤੱਕ ਕਹਿੰਦੇ ਹਾਂ ਇਹ ਉਹਦਾ ਨਜ਼ਰੀਆ ਅਤੇ ਜਿਹਨੂੰ ਅਸੀਂ ਚੇਤਨ ਵਿਰੋਧ ਵਿਕਾਸ ਕਹਿੰਦੇ ਹਾਂ ਜਿਹਨੂੰ ਲੈਨਨ ਨੇ ਮੁੜ ਕੇ ਜ਼ੋਰ ਦੇ ਕੇ ਕਿਹਾ ਕਿ ਤੁਸੀਂ ਬੀਤੇ ਦੇ ਵਿਰੋਧ ਵਿਕਾਸ ਦੀ ਗੱਲ ਤੇ ਕਰਨਾ ਖੜਾ ਹੋ ਭਵਿੱਖ ਦਾ ਵਿਰੋਧ ਵਿਕਾਸ ਭਵਿੱਖ ਦਾ ਵਿਰੋਧ ਵਿਕਾਸ ਆਹ ਜਮਾਤਾਂ ਕਿਹੜੀ ਜਮਾਤ ਦੇ ਟਕਰਾਅ ਨਾਲ ਅਸੀਂ ਦੂਜੀ ਜਮਾਤ ਨੂੰ ਹਰਾ ਸਕਦੇ ਹਾਂ ਇਹ ਆ ਵੱਡੀ ਵਿਚਾਰਧਾਰਾ ਇਹ ਆ ਵੱਡਾ ਪ੍ਰੋਗਰਾਮ ਬਣਦਾ ਇਹ ਆ ਕੰਕਰੀਟ ਹਾਲਤਾਂ ਦਾ ਵਿਸ਼ਲੇਸ਼ਣ ਕਰਦੇ ਹਾਂ ਇੱਕ ਕੰਕਰੀਟ ਪ੍ਰੋਗਰਾਮ ਬਣਾ ਕੇ ਉਹਦੇ 'ਤੇ ਅੱਗੇ ਤੁਰਨਾ। ਸੋ ਜੇ ਅਸੀਂ ਚੇਤਨ ਵਿਰੋਧ ਵਿਕਾਸ ਨੂੰ ਸਮਝਣ ਦੀ ਭੁੱਲ ਕਰਦੇ ਰਹਾਂਗੇ ਕਿ ਚੇਤਨ ਵਿਰੋਧ ਵਿਕਾਸ ਕਿਵੇਂ ਮਾਰਕਸ ਨੇ ਕਿਉਂ ਕਹਿ ਦਿੱਤਾ ਕਿ ਇੱਕ ਦੇਸ਼ ਵਿੱਚ ਇੱਕੀ ਮਾਰਕਸਵਾਦੀ ਮਾਰਕਸ ਦਾ ਨਾਂ ਕਵਾਂ ਮੈਂ ਅੱਗੋ ਕਿ ਕਿੱਥੇ ਹੈ ਮਾਰਕਸਵਾਦੀ ਇਹ ਧਾਰਨਾ ਕਿ ਇੱਕ ਦੇਸ਼ ਵਿੱਚ ਇੱਕੀ ਕਮਿਊਨਿਸਟ ਪਾਰਟੀ ਹੋ ਸਕਦੀ ਹੈ ਕਿ ਇਹਦੇ ਸਿਧਾਂਤਕ ਬੇਸਿਸ ਕੀ ਹੈ ਕਿਉਂਕਿ ਇੱਕ ਹਾਲਤਾਂ ਦਾ ਇੱਕ ਦੇਸ਼ ਦੀਆਂ ਕੰਕਰੀਟ ਹਾਲਤਾਂ ਇੱਕ ਵੇਲੇ ਇੱਕ ਹੀ ਠੀਕ ਹੋ ਸਕਦੀਆਂ ਦੋ ਦਿਨ ਠੀਕ ਨਹੀਂ ਹੋ ਸਕਦੀਆਂ ਜਿੰਨੀਆਂ ਮਰਜ਼ੀ ਬਣਾ ਲਓ ਤੇ ਕਿਹੜੀ ਜਿਹਦਾ ਐਨਾਲਿਸਿਸ ਸਮਾਜ ਬਾਰੇ ਠੀਕ ਹੋਏਗਾ ਉਹ ਹੀ ਠੀਕ ਹੋਏਗੀ ਸਾਰੀਆਂ ਵੀ ਗਲਤ ਹੋ ਸਕਦੀਆਂ ਸੰਭਵ ਹੈ ਪਰ ਠੀਕ ਇੱਕ ਹੀ ਹੋਏਗੀ ਕਿਉਂਕਿ ਕੰਕਰੀਟ ਹਾਲਤਾਂ ਸੱਚ ਇੱਕ ਸਮੇਂ ਦਾ ਇੱਕ ਹੋਏਗਾ ਕਿ ਇਹਨਾਂ ਹਾਲਤਾਂ ਦੇ ਵਿਰੁੱਧ ਅਸੀਂ ਲੜ ਕੇ ਅੱਗੇ ਜਾ ਸਕਦੇ ਹਾਂ। ਇਸ ਕਰਕੇ ਇਹਦਾ ਜਿਹੜਾ ਇਹ ਵਿਚਾਰਧਾਰਕ ਪਹਿਲੂ ਹੈ ਉਹ ਵੀ ਸਾਡੇ ਮੱਦੇਨਜ਼ਰ ਰਹਿਣਾ ਚਾਹੀਦਾ। ਮੈਂ ਅਗਲੀ ਗੱਲ ਕਰਨੀ ਆਉਣਾ ਚਾਹੁੰਦਾ ਮਾਰਕਸ ਨੇ ਜਦੋਂ ਇਹ ਸਾਰੀ ਚੀਜ਼ ਨੂੰ ਖੋਜ ਲਿਆ
ਕਾਹਦੇ ਚ ਇਨਕਲਾਬ ਕਰ ਲਿਆ, ਫਲਸਫੇ ਚ ਇਨਕਲਾਬ ਕਰ ਲਿਆ। ਮਾਰਕਸ ਨੇ ਸਰਮਾਇਆ ਜਿਹਨੂੰ ਸਰਮਾਇਆ ਕਹਿੰਦੇ ਆ, ਜਰਮਨੀ ਚ ਉਹਨੂੰ ਦਾਸ ਕੈਪੀਟਲ ਕਰਕੇ ਸ਼ਬਦ ਵਰਤਿਆ, ਜਿਹਦਾ ਅੰਗਰੇਜ਼ੀ ਚ ਤਰਜਮਾ ਦਾ ਕੈਪੀਟਲ, ਪੰਜਾਬੀ ਚ ਇਹ ਸਰਮਾਇਆ। ਤਾਂ ਸਰਮਾਇਆ ਕੰਮ ਕਿਵੇਂ ਕਰਦਾ ਹੈ? ਸਰਮਾਇਆ ਨਹੀਂ, ਇਹ ਸਰਮਾਇਆ ਉਹਦਾ ਤਰਜਮਾ ਹੈ ਕਿ ਸਰਮਾਇਆ ਦੀ ਫੰਕਸ਼ਨਿੰਗ ਕਿਵੇਂ ਹੈ। ਇਹ ਕਹਿਣਾ ਮਾਰਕਸ ਨੇ ਕੀ ਕੀਤਾ, ਮਾਰਕਸ ਨੇ ਸਰਮਾਏਦਾਰੀ ਜਨਮ ਕਿਵੇਂ ਲੈਂਦੀ ਹੈ ਉਹਦਾ ਆਪਦਾ ਹੀ ਲਿਖਿਆ ਹੈ, ਜਨਮਦੀ ਕਿਵੇਂ ਹੈ, ਇਹਨੇ ਵਿਕਾਸ ਕਿਵੇਂ ਕਰਨਾ, ਇਹਦਾ ਅੰਤ ਕਿਵੇਂ ਹੋ ਜਾਣਾ, ਇਹਨਾਂ ਤਿੰਨ ਚੀਜ਼ਾਂ ਦਾ ਅਧਿਐਨ ਆਪਣੀ ਦਾਸ ਕੈਪੀਟਲ ਵਿੱਚ ਕੀਤਾ। ਇੱਕ ਦਾ ਨਹੀਂ, ਜਿਹੜੇ ਕਹਿਣ ਹਰੇ ਪ੍ਰਸੰਗਕ ਹੈ ਕਿ ਨਹੀਂ, ਮਾਰਕਸ ਬਾਅਦ ਜਿੰਨਾ ਚਿਰ ਸਰਮਾਏਦਾਰੀ ਨੂੰ ਢਾਹ ਨਹੀਂ ਲੈਂਦੇ ਤਾਂ ਉਹਦੀ ਗੱਲ ਅਗਾਂਹ ਕਰਦੇ ਹਾਂ ਕਿਵੇਂ ਪੈਂਦਾ, ਜਿੰਨਾ ਚਿਰ ਨਹੀਂ ਉਹਨੂੰ ਕਰ ਨਹੀਂ ਲੈਂਦੇ, ਕਿਉਂਕਿ ਉਹ ਆਹ ਵਿਕਾਸ ਦੇ ਤਰ੍ਹਾਂ ਹੈ ਬਈ। ਕੋਈ ਕਹਿ ਸਕਦਾ ਹਲੇ ਵਿਕਾਸ ਚੱਲੀ ਜਾਂਦਾ? ਹਾਂ ਚੱਲੀ ਜਾਂਦਾ। ਦੇਖੋ ਉਹ ਸਾਰੀਆਂ ਚੀਜ਼ਾਂ ਇੰਨੇ ਥੋੜੇ ਸਮੇਂ 'ਚ ਮੈਂ ਬਿਆਨ ਨਹੀਂ ਕਰ ਸਕਦਾ, ਪਰ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਅਤੇ ਉਹਦੇ ਵਿੱਚੋਂ ਕਹਿਣਾ ਕਿਵੇਂ ਹੈ, ਹੁਣ ਇਹ ਕਹਿਣਾ ਕਿਵੇਂ ਹੈ, ਉਸ ਕਹਿਣ ਦੇ ਸੂਤਰ ਵਿੱਚ ਸੋਸ਼ਲਿਜ਼ਮ ਦਾ ਸੂਤਰ ਹੈ। ਸੋਸ਼ਲਿਜ਼ਮ ਕਿਤੋਂ ਹੋਰ ਨਹੀਂ ਆਇਆ। ਸਰਮਾਏਦਾਰੀ ਦਾ ਬਦਲ ਕਿਹੜੀ ਚੀਜ਼ ਹੈ? ਉਹਦੇ ਆਪਣੇ ਅੰਦਰ ਪਿਆ। ਅਸੀਂ ਉਹਨੂੰ ਸਮਝਣ ਵਿੱਚ ਫੇਰ ਰਵਾਂਗੇ ਤਾਂ ਉੱਥਾ ਹੋ ਜਾਏਗਾ, ਫਿਰ ਅਸੀਂ ਪਛੜੇ ਰਵਾਂਗੇ। ਕਿੱਥੋਂ ਸ਼ੁਰੂ ਕਰਦਾ ਮਾਰਕਸ ਆਪਣੇ ਸਰਮਾਇਆ ਨੂੰ? ਉਹ ਜਿਸ ਤੋਂ ਸ਼ੁਰੂ ਕਰਦਾ, ਚਾਰ ਚੀਜ਼ਾਂ ਸਮਝੇ ਬਗੈਰ ਅਸੀਂ ਅੱਜ ਦੀਆਂ ਹਾਲਤਾਂ ਵਿੱਚ ਮਾਰਕਸ ਦੀ ਪ੍ਰਸੰਗਕਤਾ ਜਾਂ ਮਾਰਕਸ ਨੂੰ ਲਾਗੂ ਕਰਨ ਦਾ ਕੰਮ ਹੈ ਜਿਹੜਾ ਉਹਦੇ 'ਚ ਅਸਫਲ ਹਾਂ ਅਸਫਲ ਰਹਾਂਗੇ। ਕਿਹੜੀਆਂ? ਇੱਥੇ ਮੈਂ ਇਹ ਗੱਲ ਕਹਿ ਰਿਹਾ, 50 ਵਰ੍ਹੇ ਪਿੱਛੋਂ ਜਦੋਂ ਮਾਰਕਸ ਦੀ ਕੈਪੀਟਲ ਛਪੀ, ਉਦੋਂ 50 ਵਰ੍ਹੇ ਪਿੱਛੋਂ ਲੈਨਨ ਫਲਸਫੇ 'ਤੇ ਆਪਣੀ ਬੁੱਕ ਲਿਖਣ ਵਾਸਤੇ ਨੋਟ ਲੈ ਰਿਹਾ ਸੀ। ਉਹਨੂੰ ਮਾਰਕਸ ਲੈਨਨ ਦੀ ਫਿਲੋਸਫੀਕਲ ਨੋਟ ਬੁੱਕ ਕਰਕੇ ਕਹਿੰਦੇ ਕਿ ਉਹਦੇ ਵਿੱਚ ਉਹ ਇੱਕ ਮੁਹਾਵਰਾ ਜਾਂ ਇੱਕ ਕਥਨ ਹੈ ਜਿਹੜਾ ਉਹਨੂੰ ਨੋਟ ਕਰਦਾ। ਉਹ ਨੋਟ ਕੀ ਹੈ? ਉਹ ਮਹੱਤਵਪੂਰਨ ਹੈ ਸਾਡੇ ਲਈ ਗੱਲ ਸਮਝਣ ਵਾਸਤੇ। ਉਹ ਨੋਟ ਇਹ ਹੈ, ਹੀਗਲ ਦੇ ਲੌਜਿਕ ਨੂੰ, ਉਹਦੀ ਕਿਤਾਬ ਹੈ ਲੌਜਿਕ, ਜਿਹਨੂੰ ਆਪਾਂ ਵਿਗਿਆਨਕ ਤਰਕ ਦੇ ਤੌਰ 'ਤੇ ਮਿਲਣ ਦੀ ਹੈ। ਜੇ ਅਸੀਂ ਹੀਗਲ ਦੇ ਲੌਜਿਕ ਨੂੰ ਥਾਰੋਲੀ ਸਟੱਡੀ ਨਹੀਂ ਕਰਦੇ ਅਤੇ ਸਮਝਦੇ ਨਹੀਂ, ਤਾਂ ਮਾਰਕਸ ਦੇ ਸਰਮਾਇਆ ਨੂੰ, ਖਾਸ ਤੌਰ 'ਤੇ ਉਹਦੇ ਪਹਿਲੇ ਚੈਪਟਰ ਨੂੰ ਸਮਝਣਾ ਅਸੰਭਵ ਹੈ, ਇਮਪੋਸੀਬਲ ਕੰਪਲੀਟਲੀ ਨਾਲ ਸ਼ੁਰੂ ਕਰਦਾ। ਸੋ ਅਸੀਂ ਕਿ ਫਲਸਫਾ ਕਿਵੇਂ ਸਮਝਾਉਂਦਾ ਇਹ ਸਾਰੀ ਚੀਜ਼ ਨੂੰ? ਸੋ ਉਹਦਾ ਜਿਹੜਾ ਪਹਿਲੇ ਚੈਪਟਰ 'ਚ ਹੈ ਉਹ ਜਿਨਸ ਤੋਂ ਹੀ ਸ਼ੁਰੂ ਕਰਦਾ ਕਿ ਜਿਨਸ ਦੋ ਧਾਰੀ ਹੈ, ਜਿਹਨੂੰ ਜਿਨਸ ਦੇ ਦੋ ਧਾਰੀ ਪੱਖ ਦੀ ਸਮਝ ਨਹੀਂ ਆਉਂਦੀ ਉਹ ਸੋਸ਼ਲਿਜ਼ਮ ਦੀ ਸਾਰੀ ਵਿੱਚ ਕੋਈ ਰੋਲ ਅਦਾ ਕਰ ਹੀ ਨਹੀਂ ਸਕਦਾ। ਇਹ ਉਹ ਕਹਿੰਦੇ ਆ, ਮੈਂ ਇਹਦੇ 'ਤੇ ਜ਼ੋਰ ਦੇ ਕੇ ਕਹਿਣਾ ਉਹਨਾਂ ਦੇ ਕਹਿ, ਕਿਉਂਕਿ ਜਿਨਸ ਦੋ ਧਾਰੀ ਹੈ, ਉਹਦੇ ਦੋ ਪਹਿਲੂ ਹੈ, ਟੂ ਫੋਲਡ ਹੈ, ਇੱਕ ਯੂਜ ਵੈਲਿਊ ਹੈ, ਉਹਦਾ ਵਰਤੋਂ ਮੁੱਲ ਹੈ। ਜੋ ਵੀ ਵਸਤਾਂ, ਵਸਤਾਂ ਨਾਲੋਂ ਜਿਨਸ ਕਿਵੇਂ ਵੱਖਰੀ ਹੈ? ਵਸਤਾਂ ਅਸੀਂ ਵਰਤਦੇ ਹਾਂ, ਉਹਦਾ ਮੁੱਲ ਨਹੀਂ ਤਾਰਦੇ ਅਸੀਂ, ਜਿਨਸ ਉਦੋਂ ਬਣਦੀ ਹੈ ਅਸੀਂ ਵਰਤਦੇ ਹਾਂ, ਪਰ ਵਰਤਣ ਲਈ ਮੁੱਲ ਤਾਰਨਾ ਪੈਂਦਾ, ਐਕਸਚੇਂਜ ਵੈਲਿਊ ਵੀ ਹੈ। ਅਤੇ ਮਾਰਕਸ ਤੋਂ ਫਿਰ ਖੋਜ ਕਰਕੇ ਕਹਿੰਦਾ ਇਸ ਚੀਜ਼ 'ਤੇ ਜਿਹੜੀ ਗਾਂਹ ਮੈਂ ਕਹਿ ਰਿਹਾ ਇਸ 'ਤੇ ਰਾਤਾਂ ਦੀਆਂ ਰਾਤਾਂ ਬਾਹਰ ਕਿਤਾਬ ਪਈ ਹੈ, ਲੈ ਕੇ ਪੜ੍ਹੀ ਜਾ ਸਕਦੀ ਹੈ, ਕਰੂਦੋ ਨਾਲ ਬਹਿਸ ਹੁੰਦੀ ਹੈ ਮਾਰਕਸ ਦੀ ਇਸ ਗੱਲ 'ਤੇ ਕਿ ਮੁੱਲ ਕੀ ਹੈ। ਉਦੋਂ ਪਈ ਮਾਰਕਸ ਤੋਂ ਪਹਿਲਾਂ ਮੁੱਲ ਦਾ ਵਿਗਿਆਨਕ ਪਹਿਲੂ ਹੈ ਜਿਹੜਾ ਉਹ ਅਦੇਖਿਆ ਦਿਸ ਨਹੀਂ ਗਿਆ। ਮਾਰਕਸ ਪਹਿਲਾਂ ਜਿਹਨੇ ਥਿਊਰੀ ਆਫ ਵੈਲਿਊ ਦਿੱਤੀ, ਮੈਂ ਥਿਊਰੀ ਆਫ ਵੈਲਿਊ ਕਿਹਾ, ਉਦੋਂ ਦਾ ਥਿਊਰੀ ਆਫ ਸਰਪਲਸ ਵੈਲਿਊ। ਜੇ ਥਿਊਰੀ ਆਫ ਵੈਲਿਊ ਨਾ ਆਉਂਦੀ ਸਮਝਾਉਂਦੀ ਤਾਂ ਥਿਊਰੀ ਆਫ ਸਰਪਲਸ ਵੈਲਿਊ ਹੈ ਜਿਹੜੀ ਉਹ ਪੇਸ਼ ਨਹੀਂ ਕੀਤੀ ਜਾ ਸਕਦੀ ਸੀ, ਵਾਧੂ ਮੁੱਲ ਦਾ ਸਟਾਮ ਪੇਸ਼ ਨਹੀਂ ਕੀਤਾ ਜਾ ਸਕਦਾ ਸੀ। ਉਹਨੇ ਕਿਉਂ ਕਿਹਾ? ਇਦੋਂ ਉਹਦਾ ਲੇਬਰ ਹੈ ਜਿਹੜੀ ਜਦੋਂ ਅਸੀਂ ਕਰਦੇ ਹਾਂ ਇਹ ਟੂ ਫੋਲਡ ਹੈ,
ਇਹ ਗੋਧਾਰੀ ਆ ਜਦੋਂ ਬੰਦਾ ਕੰਮ ਕਰਨ ਜਾਂਦਾ ਠੋਸ ਹੈ ਕੰਕਰੀਟ ਹੈ ਇੱਕ ਕੰਕਰੀਟ ਲੇਬਰ ਆ ਠੋਸ ਹੈ ਤੇ ਇੱਕ ਆ ਜਿਹੜੀ ਛਕੇਵਾਂ ਲੈ ਕੇ ਮੁੜਦਾ ਮਹਿਸੂਸ ਕਰਨ ਵਾਲੀ ਐਬਸਟ੍ਰੈਕਟ ਲੇਬਰ ਹੈ ਜਿਹੜੀ ਠੋਸ ਲੇਬਰ ਆ ਉਹ ਵਰਤੋਂ ਵੱਲੋਂ ਪੈਦਾ ਕਰਦੀ ਹੈ ਜਿੰਨੀਆਂ ਸਮਾਜਵਾਦ ਚ ਜਾ ਕੇ ਜਿੰਨੀਆਂ ਮਰਜ਼ੀ ਚੀਜ਼ਾਂ ਪੈਦਾ ਕਰ ਲਿਓ ਕੋਈ ਤੋਕ ਨਹੀਂ ਹੋਏਗੀ ਕਿਉਂਕਿ ਜਿਹੜੀ ਐਬਸਟ੍ਰੈਕਟ ਲੇਬਰ ਹੈ ਜਿਹੜੀ ਅਮੂਰਤ ਲੇਬਰ ਆ ਇਹ ਮੁੜ ਸਿਰਜਦੀ ਹੈ ਉਸੇ ਜਲਸੇ ਚ ਤੇ ਕਿਉਂਕਿ ਮਸ਼ੀਨ ਆਉਂਦੀ ਜਾਏਗੀ ਕਿਰਤ ਦਾ ਹਿੱਸਾ ਘਟਦਾ ਜਾਏਗਾ ਚੀਜ਼ਾਂ ਪੈਦਾ ਕਰਨ ਲਈ ਸਸਤੀਆਂ ਹੀ ਹੋਣਗੀਆਂ ਤਾਂ ਮਾਰਕਸ ਜਾ ਕੇ ਕਹਿੰਦਾ ਜਦੋਂ ਸੋਸ਼ਲਿਜ਼ਮ ਤੋਂ ਅਸੀਂ ਕਮਿਊਨਿਜ਼ਮ ਕਰੀ ਜਾਵਾਂਗੇ ਇੰਨੀਆਂ ਚੀਜ਼ਾਂ ਪੈਦਾ ਕਰਨ ਦਾ ਜਿੰਨੀਆਂ ਕਹੋਗੇ ਉਨੀਆਂ ਹੀ ਹੋ ਸਕਦੀਆਂ ਹਰ ਇੱਕ ਨੂੰ ਉਹਦੀ ਯੋਗਤਾ ਮੁਤਾਬਕ ਕੰਮ ਦੇ ਕੇ ਉਹਦੀਆਂ ਸਾਰੀਆਂ ਲੋੜਾਂ ਪੂਰੀਆਂ ਇਹ ਸਾਰੇ ਤਰਕ ਆ ਜਿਹੜੇ ਇਸ ਚੈਪਟਰ ਵਿੱਚ ਵਿਗਿਆਨਕ ਤੌਰ ਤੇ ਪੇਸ਼ ਕੀਤੇ ਆ ਮੈਂ ਤਾਂ ਇਹ ਕਹਿਣਾ ਚਾਹੁੰਦਾ ਨੌਜਵਾਨ ਦੋਸਤਾਂ ਨੂੰ ਕਿਉਂਕਿ ਯੂਨੀਵਰਸਿਟੀਆਂ ਦੇ ਵਿਦਿਆਰਥੀ ਵੀ ਸ਼ਾਮਲ ਹੈ ਤੁਹਾਨੂੰ ਇਹ ਅਸੀਂ ਵੱਡੀ ਪੀੜ੍ਹੀ ਦੀਆਂ ਅਸੀਂ ਚਲੇ ਜਾਣਾ ਤੁਹਾਡੇ ਤੋਂ ਪਹਿਲਾਂ ਤੁਸੀਂ ਨਵਿਆਂ ਨੇ ਇਹ ਕੰਮ ਕਰਨਾ ਹੀ ਕਰਨਾ ਹੋਏਗਾ ਜੇ ਮਾਰਕਸਵਾਦ ਕਮੀ ਮੁੜਨ ਦੀ ਗੱਲ ਕਰਦੇ ਹਾਂ ਤੇ ਮਾਰਕਸਵਾਦ ਦਾ ਸਹੀ ਨਿਰਣੇ ਅਧਿਐਨ ਕਰਨਾ ਹੀ ਕਰਨਾ ਹੋਏਗਾ ਜੇ ਅਸੀਂ ਇਹ ਨਹੀਂ ਕਰਾਂਗੇ ਜੇ ਅਸੀਂ ਇਹ ਨਹੀਂ ਸਮਝਾਂਗੇ ਤੇ ਸੋਸ਼ਲਿਜ਼ਮ ਕਿਵੇਂ ਸਾਰਨਾ ਚੀਜ਼ਾਂ ਦੂਜੀਆਂ ਅਗਲੀ ਦੂਜੀ ਚੀਜ਼ ਤੇ ਕੀ ਕਹਿੰਦਾ ਇਸੇ ਚੀਜ਼ ਤੋਂ ਹੀ ਉਹ ਕਹਿੰਦਾ ਕਿ ਇਹ ਜਿਹੜਾ ਓਵਰ ਪ੍ਰੋਡਕਸ਼ਨ ਹੈ ਇਹ ਕਿਵੇਂ ਪੈਦਾ ਹੁੰਦਾ ਹੈ ਇਕੱਲਾ ਓਵਰ ਪ੍ਰੋਡਕਸ਼ਨ ਹੀ ਨਹੀਂ ਸਰਪਲਸ ਲੇਬਰ ਕਿਵੇਂ ਪੈਦਾ ਹੁੰਦੀ ਹੈ ਵਾਧੂ ਕੰਮਾਂ ਕਿਵੇਂ ਪੈਦਾ ਹੁੰਦਾ ਹੈ ਵਾਧੂ ਕੰਮਾਂ ਤੋਂ ਪਿੱਛੋਂ ਵਾਧੂ ਵਸੋਂ ਕਿਵੇਂ ਪੈਦਾ ਹੁੰਦੀ ਹੈ ਅੱਜ ਤਾਂ ਯਾਰੋ ਆਪਾਂ ਵਾਧੂ ਵਸੋਂ ਚ ਪ੍ਰਵੇਸ਼ ਕੀਤੇ ਹੋਏ ਹਾਂ ਵਸੋਂ ਦੀ ਵਸੋਂ ਨੂੰ ਵਾਧੂ ਕਰਾਰ ਦੇ ਦਿੱਤਾ ਉਹਨੂੰ ਵੀ ਕਹਿੰਦੇ ਆ ਅਸੀਂ ਜਿਵੇਂ ਡੰਗਰਾਂ ਨੂੰ ਪੱਠੇ ਪਾਉਣ ਆ ਜਾਂਦੇ ਹਾਂ ਚਲੋ ਤੁਹਾਨੂੰ ਇਲੈਕਸ਼ਨਾਂ ਵਾਲੇ ਇੰਨਾ ਕੁਛ ਦੇ ਦਿਆਂਗੇ ਆਟਾ ਦੇ ਦਿਆਂਗੇ ਫਲਾਣਾ ਕਰ ਦਿਆਂਗੇ ਉਹ ਸਾਰੀਆਂ ਚੀਜ਼ਾਂ ਇਸ ਚੀਜ਼ ਨਾਲ ਜੁੜੀਆਂ ਹੋਈਆਂ ਇਸੇ ਵਿੱਚ ਸੋਸ਼ਲਿਜ਼ਮ ਦਾ ਬੁਨਿਆਦੀ ਤੌਰ ਤੇ ਸਕੂਲ ਹੈ ਜਿਹੜਾ ਉਹ ਇੱਥੇ ਪਿਆ ਜਿਹਨੂੰ ਸਾਨੂੰ ਸਟੱਡੀ ਕਰਨਾ ਪਏਗਾ ਇਸੇ ਗੱਲ ਤੋਂ ਫਿਰ ਸਵਾਲ ਆਇਆ ਸਾਹਮਣੇ ਹੁਣ ਸਰਮਾਏਦਾਰੀ ਵਾਲੇ ਸਟੇਟ ਪਾਵਰ ਹੈ ਕਿ ਜਿਹੜਾ ਇਹ ਫੋਨ ਹੈ ਇਸ ਫੋਨ ਨੂੰ ਕੀ ਮਜ਼ਦੂਰ ਜਮਾਤ ਹੈ ਜਿਹੜੀ ਉਹ ਆਪਣੇ ਤੌਰ ਤੇ ਹਵਾ ਵਿੱਚ ਕਰ ਸਕਦੀ ਹੈ ਨਹੀਂ ਇਸ ਕੰਮ ਲਈ ਕਿਹੜੇ ਕੰਮ ਲਈ ਇਹਨੂੰ ਪ੍ਰਮੋਟ ਕੀਤਾ ਜਾਏ ਕਿਹੜੀ ਚੀਜ਼ ਨੂੰ ਮਸ਼ੀਨ ਦਾ ਵਿਰੋਧ ਨਾ ਕੀਤਾ ਜਾਏ ਤੇ ਸਾਰੇ ਦਾ ਸਾਰਾ ਭਰਿਆ ਪਿਆ ਜੇ 10 ਘੰਟੇ ਚੱਲੀਆਂ ਅਸੀਂ ਹੱਥ ਨੂੰ ਪੜ੍ਹ ਕੇ ਦੇਖੋਗੇ ਮਾਰਕਸ ਜਦੋਂ ਪੜ੍ਹੀ ਗਿਆ ਸੀ ਉਦੋਂ ਚਾਰਟਿਸਟ ਮੂਵਮੈਂਟ ਹੈ ਜਿਹੜੀ ਉਹ ਕਾਰਖਾਨੇ ਨੂੰ ਆਪਣਾ ਮਸ਼ੀਨਾਂ ਨੂੰ ਤੋੜਨ ਦਾ ਕੰਮ ਕਰਦੀ ਸੀ ਤੇ ਮਾਰਕਸ ਨੇ ਕੀ ਕੀਤਾ ਨਹੀਂ ਭੁੱਲਿਓ ਤੁਸੀਂ ਪੈਦਾਵਾਰ ਦੇ ਸੰਦ ਤੇ ਹਮਲਾ ਕਰਦੇ ਹੋ ਸੰਦ ਤੇ ਨਹੀਂ ਪੈਦਾਵਾਰ ਦੇ ਸੰਬੰਧਾਂ ਨੂੰ ਬਦਲ ਕੇ ਤੁਹਾਨੂੰ ਹਮਲਾ ਕਰਨਾ ਪਏਗਾ ਮਸ਼ੀਨ ਦਾ ਸਵਾਗਤ ਕਰਨਾ ਪਏਗਾ ਅਸੀਂ ਕੀ ਕਰਦੇ ਹਾਂ ਹਲੇ ਵੀ ਇੱਥੇ ਲੋੜ ਹੈ ਇੱਥੇ ਲੈ ਆਓ ਨਹੀਂ ਤਾਂ ਬਾਕੀ ਥਾਂ ਕੰਪਿਊਟਰ ਨਹੀਂ ਇਹ ਸਾਰੇ ਸੰਦ ਹੈ ਪੈਦਾਵਾਰ ਦੇ ਸੰਦਾਂ ਨੂੰ ਤੇਜ਼ ਕਰਨ ਵਾਸਤੇ ਮਾਰਗ ਕਹਿੰਦਾ ਅਸੀਂ ਇਹਨੂੰ ਹੋਰ ਚੰਗੇ ਤੋਂ ਚੰਗਾ ਬਣਾਉਣ ਦਾ ਕੰਮ ਹੈ ਜਿਹੜਾ ਉਹ ਕਰਨਾ ਹੋਏਗਾ ਅਸੀਂ ਮਸ਼ੀਨ ਦਾ ਵਿਰੋਧ ਜਾਂ ਟੈਕਨੋਲੋਜੀ ਦਾ ਵਿਰੋਧ ਉਹਦੇ ਵਿੱਚ ਨਹੀਂ ਬਲਕਿ ਇਹਦੀ ਥਾਂ ਤੇ ਪੈਦਾਵਾਰ ਦੇ ਸੰਬੰਧਾਂ ਨੂੰ ਕਿਹੜੇ ਸੰਬੰਧਾਂ ਨੂੰ ਮੈਂ ਇੱਥੇ ਥੋੜ੍ਹਾ ਜਿਹਾ ਧਿਆਨ ਤੁਹਾਡਾ ਦਿਵਾਉਣਾ ਚਾਹੂੰਗਾ ਮਾਰਕਸ ਨੇ ਦੋ ਚੀਜ਼ਾਂ ਦਾ ਵਿਖਿਆਨ ਕੀਤਾ ਇੱਕ ਆਰਥਿਕ ਘੋਲ ਹੈ ਇੱਕ ਰਾਜਨੀਤਿਕ ਘੋਲ ਹੈ ਓਕੇ ਚਲੋ ਮੈਂ ਆਹ ਗੱਲ ਪੂਰੀ ਕਰਕੇ ਗੱਲ ਛੱਡ ਦਿਆਂਗਾ ਕਿਉਂਕਿ ਬਹੁਤ ਔਖਾ ਕਰਨਾ ਆਰਥਿਕ ਘੋਲ ਕਿਹੜੇ ਇਸ ਵਾਰ ਪ੍ਰੋਟੈਸਟੀ ਨੇ ਡੈਨਲ ਨੂੰ ਉਠਾਇਆ ਪ੍ਰੋਟੈਸਟੀ ਤੇ ਡੈਨਲ ਦੀ ਬਹਿਸ ਪੜ੍ਹੀ ਜਾ ਸਕਦੀ ਜਿਹੜੀ ਦਿਲਚਸਪੀ ਰੱਖਦੀ ਹੈ ਕਿ ਡੈਨਲ ਤੂੰ ਪਹਿਲਾਂ ਕਹਿਣਾ ਆਰਥਿਕ ਘੋਲ ਤੇ ਕੇਂਦਰਿਤ ਕਰੋ ਆ ਹੁਣ ਇਨਕਲਾਬ ਕਰਨ ਵਾਸਤੇ ਤੂੰ ਕਹਿਣਾ ਨਹੀਂ ਰਾਜਨੀਤਿਕ ਘੋਲ ਰਾਜ ਸੱਤਾ ਲੈਣੀ ਹੈ ਇਹ ਲੈਣਨ ਨੇ ਦਾ ਜਵਾਬ ਦੇ ਕੇ ਫਿਕਰੇ ਦਿੱਤਾ ਕੀ ਕਿਹਾ ਆਂਦਾ ਰਾਜਨੀਤਿਕ ਘੋਲ ਆਰਥਿਕ ਘੋਲ ਦਾ ਗਾੜਾ ਰੂਪ ਹੈ ਹੁਣ ਆਹ ਫਿਕਰਾਂ ਜੇ ਨਹੀਂ ਸਮਝ ਆਏਗਾ ਤੇ ਫਿਰ ਕੀ ਕਰਾਂ ਮਾਰਕਸ ਨੇ ਕਮਿਊਨਿਸਟ ਮੈਨੀਫੈਸਟੋ ਚ ਕਿਹਾ ਜਿਹੜਾ ਜਮਾਤੀ ਘੋਲ ਹੈ ਉਹ ਰਾਜਨੀਤਿਕ ਘੋਲ ਹੁੰਦਾ ਅਸੀਂ ਕਹੀ ਜਾਂਦੇ ਹਾਂ ਵੀ ਅਸੀਂ
ਸਮਾਪਤੀ ਤੌਰ ਤੇ ਲੜ ਰਹੇ ਹਾਂ ਤੇ ਫਿਰ ਉਹ ਕਹਿੰਦੇ ਆ ਕਿ ਰਾਜਨੀਤੀ ਜੇ ਸਮਾਪਤੀ ਘੋਲ ਹੋਏਗਾ ਤਾਂ ਰਾਜਨੀਤਿਕ ਘੋਲ ਅਵਸ਼ ਹੋਏਗਾ ਜਾਂ ਫਿਰ ਮਾਰਕਸ ਨੂੰ ਕਹੋ ਕਿ ਮਾਰਕਸ ਗਲਤ ਲੈ ਚਲਾ ਗਿਆ ਪਟੀਸ਼ਨਾਂ ਚੱਕਣੀਆਂ ਤੇ ਮੈਂ ਉਹ ਆਪਾਂ ਲਿਖਾਂਗੇ ਨਹੀਂ ਮਾਰਕਸ ਨੇ ਇਸੇ ਚੀਜ਼ ਤੇ ਚੱਲਦਿਆਂ ਜਿਹੜੀ ਪਹਿਲੀ ਮਜ਼ਦੂਰਾਂ ਦੀ ਕੌਮਾਂਤਰੀ ਬਣਾਈ ਉਹ ਉਹੀ ਦਿਨ ਹੈ ਦਿਨ ਉਹੀ ਹੈ ਸਰ ਵੱਖਰਾ ਹੈ ਜਦੋਂ ਆਪਾਂ ਪਾਕਿਸਤਾਨ ਦਾ ਜਨਮ ਦਿਨ ਮਨਾਉਂਦੇ ਹਾਂ 28 ਸਤੰਬਰ 1864 ਨੂੰ ਫਸਟ ਇੰਟਰਨੈਸ਼ਨਲ ਦੀ ਨੀਂਹ ਰੱਖੀ ਸੈਕਿੰਡ ਇੰਟਰਨੈਸ਼ਨਲ ਕਿੱਦਾਂ ਲੈ ਕੇ ਜਾਂਦੇ ਹਾਂ ਕਿਹੜੀ ਚੀਜ਼ ਕਿ ਇਹ ਕੌਮਾਂਤਰੀ ਨਾਲ ਆ ਇਹ ਇੱਕ ਦੇਸ਼ ਦਾ ਨਹੀਂ ਹੈ ਜੇ ਇੱਕ ਦੇਸ਼ 'ਚ ਲਾਗੂ ਕਰਨ ਦੀ ਗੱਲ ਕਰੋਗੇ ਤਾਂ ਉਸ ਦੇਸ਼ ਵਿੱਚ ਤੁਹਾਨੂੰ ਮਾਰ ਖਾਣੀ ਪੈਗੀ ਉੱਥੋਂ ਦੂਜੇ ਪਾਸੇ ਸਰਮਾਇਆ ਭੱਜ ਜਾਏਗਾ ਇਹਦੇ ਇੰਨੇ ਜਿਹੜੀਆਂ ਅਲਾਮਤਾਂ ਉਹਦੇ ਨਾਲ ਦਰਸਾਈਆਂ ਹੋਈਆਂ ਜੇ ਅਸੀਂ ਹੁਣ ਉਸ ਬਰੀਕੀ ਨਾਲ ਜਿਹੜੀ ਬਰੀਕੀ 'ਚ ਉਹਨੇ ਪੇਸ਼ ਕੀਤਾ ਜੇ ਨਹੀਂ ਕਰਾਂਗੇ ਕਿ ਉਹ ਨਹੀਂ ਹੋਏਗਾ ਸੋ ਮੈਂ ਇਹ ਰਾਜਨੀਤਿਕ ਘੋਲ ਦੇ ਬਾਰੇ ਜਿਹੜੀ ਇਹ ਗੱਲ ਕਹੀ ਹੈ ਕਿ ਰਾਜਨੀਤਿਕ ਘੋਲ ਉਦੋਂ ਬਣਦਾ ਉਹਨੇ ਇੱਕ ਬੋਲਤੇ ਨੂੰ ਬੋਲਤੇ ਇੰਟਰਨੈਸ਼ਨਲ ਦਾ ਇੱਕ ਮੈਂਬਰ ਸੀ ਨਿਊਯਾਰਕ 'ਚ ਰਹਿੰਦਾ ਸੀ ਅਤੇ ਉਹਨੇ ਮਾਰਕਸ ਨੂੰ ਚਿੱਠੀ ਪਾਈ ਅਤੇ ਮਾਰਕਸ ਦਾ ਸ਼ਾਇਦ 143 ਨੰਬਰ ਖਾਤਾ ਬਾਹਰ ਜਿਹੜੇ ਪਏ ਹੋਣ ਉੱਥੋਂ ਉਹਦੇ 'ਚ ਮਿਲ ਜਾਏਗਾ ਉਹਦੇ 'ਚ ਕੀ ਕਹਿੰਦਾ ਉਹਨੇ ਬੋਲਤੇ ਨੇ ਪੁੱਛਿਆ ਵੀ ਕੌਮਾਂਤਰੀ ਬਣਾਈ ਹੈ ਇਹ ਕਿਹਨੇ ਕੰਮ ਕਰੇਗੀ ਕੀ ਹੈ ਅਤੇ ਉਹਦੇ 'ਚ ਉਹਨੇ ਆਹ ਇਸ ਘੋਲ 'ਤੇ ਆਰਥਿਕ ਘੋਲ 'ਤੇ ਰਾਜਨੀਤਿਕ ਘੋਲ 'ਤੇ ਇੱਕ ਪੈਰਾ ਲਿਖਿਆ ਹੋਇਆ ਮਾਰਕਸ ਨੇ ਕਹਿੰਦਾ ਜੇ ਤੁਸੀਂ ਇੱਕ ਫੈਕਟਰੀ 'ਚ ਘੋਲ ਕਰਦੇ ਹੋ ਤੇ ਉਹ ਮਜ਼ਦੂਰ ਘੋਲ ਹੈ ਜੇ ਤੁਸੀਂ ਇੱਕ ਫੈਕਟਰੀ ਵਿੱਚ ਆਉਂਦੇ ਹੋ ਕੰਮ ਦਾ ਸਮਾਂ ਘੱਟ ਕਰਦੇ ਹੋ ਇਹ 8 ਘੰਟੇ ਕਰਦੇ ਹੋ ਕਿਉਂਕਿ ਕੌਮਾਂਤਰੀ ਦਾ ਨਾਰਾ ਸੀ ਅਤੇ ਇਹ ਵੀ ਇੱਕ ਆਰਥਿਕ ਘੋਲ ਹੈ ਜਦੋਂ ਤੁਸੀਂ ਹਾਲਾਤ ਬਣਾ ਕੇ ਕਾਨੂੰਨ ਬਣਾਉਣ 'ਤੇ ਲੜਾਈ ਕਰਦੇ ਹਾਂ ਤੁਹਾਨੂੰ ਧਿਆਨ ਨਾਲ ਪੜਿਓ ਜਦੋਂ ਕਾਨੂੰਨ ਬਣਾਉਣ ਦੀ ਗੱਲ ਕਰਦੇ ਹਾਂ ਉਦੋਂ ਪੂਰੀ ਦੀ ਪੂਰੀ ਬੁਰਜਵਾਜੀ 'ਤੇ ਹੈ ਕਿਰਕਲੀ ਕਿਹੜੇ ਇੱਕ ਪਾਸੇ ਅਤੇ ਬੁਰਜਵਾਜੀ ਦੂਜੇ ਪਾਸੇ ਜਿਹੜੀ ਉਹ 2 ਕੈਂਪਾਂ ਵਿੱਚ ਵੰਡੀ ਜਾਂਦੀ ਹੈ ਅਤੇ ਬੁਰਜਵਾਜੀ ਥੋੜ੍ਹੀ ਹੋਣ ਕਰਕੇ ਕਿਰਤੀ ਵਰਗ ਵੱਡਾ ਹੋਣ ਕਰਕੇ ਪ੍ਰੋਲੇਟਾਰੀ ਜਦੋਂ ਨਾਰਾ ਚੁੱਕਦਾ ਪ੍ਰੋਲੇਟਾਰੀ ਗਲੀ ਨੂੰ ਚੁੱਕਿਆ ਜਾਂਦਾ ਫਿਰ ਆਪਣੇ ਰਿਜ਼ਲਟ ਕੱਢਦਾ ਸੋ ਮੈਂ ਰਿਕਮੈਂਡ ਕਰੂੰਗਾ ਸਿਫਾਰਿਸ਼ ਕਰੂੰਗਾ ਘੱਟੋ ਘੱਟ ਉਹ ਆਰਟੀਕਲ ਦੀ ਲਾਜ਼ਮੀ ਪੜ੍ਹੋ ਅਤੇ ਮੇਰੀ ਆਖਰੀ ਗੱਲ ਇਹ ਹੈ ਵਿਚਾਰਧਾਰਾ ਇਹ ਤਾਂ ਹਾਲਤਾਂ ਦੇ ਖੰਭਾਂ 'ਤੇ ਵਿਚਾਰ ਕਰਦੀ ਹੈ ਜੇ ਅਸੀਂ ਹਾਲਤਾਂ ਦੇ ਅਨੁਕੂਲ ਬਣਾ ਲਈਏ ਆਪਣੀ ਵਿਚਾਰਧਾਰਾ ਨੂੰ ਤਾਂ ਸਰਮਾਏਦਾਰੀ ਨੂੰ ਹਰਾਉਣਾ ਇਹਦੇ ਲਈ ਕੋਈ ਔਖਾ ਨਹੀਂ ਇਹਦੇ ਵਿਆਖਿਆ ਕਰਦਿਆਂ ਅੱਜ ਦੀ ਲੜਾਈ ਵਿੱਚ ਮੋਦੀ ਵਿਰੁੱਧ ਕਿਵੇਂ ਲੜਨਾ ਬਹੁਤ ਕੁਛ ਕਿਹਾ ਜਾ ਸਕਦਾ ਹੈ ਪਰ ਕਿਉਂਕਿ ਪ੍ਰਧਾਨ ਜੀ ਦਾ ਆਦੇਸ਼ ਸੀ ਕਿ ਸਮਾਪਤ ਕਰੋ ਜਿੰਨੀ ਗੱਲ ਮੈਂ ਕਰ ਸਕਿਆ ਤੁਹਾਡਾ ਬਹੁਤ ਬਹੁਤ ਧੰਨਵਾਦ।